ਰਾਸ਼ਿਦ ਸਾਹਿਬ, ਜਿਹੜਾ ਪੰਜਾਬੀ ਦਾ ਇਸ਼ੂ ਹੈ ਪੰਜਾਬ ਦੇ ਵਿੱਚ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਇਹ ਇਸ਼ੂ ਕਿੱਦਾਂ ਕ੍ਰੀਏਟ ਕੀਤਾ ਹੋਇਆ ਔਰ ਇਹਦਾ ਸਲੂਸ਼ਨ ਕੀ ਤੁਸੀਂ ਸਮਝਦੇ ਹੋ ਪੰਜਾਬੀ ਜ਼ਬਾਨ ਦੇ ਬਾਰੇ? ਰਜ਼ਾ ਜੀ, ਮੀਆਂ ਮੁਹੰਮਦ ਬਖਸ਼ਾ ਫਰਮਾਉਂਦੇ ਨੇ ਕਿ ਉੱਚਾ ਨਾਂ ਰਖਾਇਆ ਜਿਸਨੇ ਚੁੱਲ੍ਹੇ ਦੇ ਵਿੱਚ ਸੜਿਆ, ਨੀਵਾਂ ਹੋ ਕੇ ਲੰਘ ਮੁਹੰਮਦ ਲੰਘ ਜਾਏਗਾ ਅੜਿਆ। ਇਹ ਜਿਹੜਾ ਉੱਚਾ ਨਾਂ ਹੈ ਨਾ, ਇਹ 70 ਸਾਲ ਸਾਨੂੰ ਉੱਚੇ ਨਾਂ ਲੈ ਕੇ ਬੈਠ ਗਏ ਜੀ। ਅਸੀਂ ਮਿਨਹਸੁਲ ਕੌਮ ਜਿਹੜੇ ਹੈ ਨਾ, ਮੈਂ ਆਪਣੇ ਜ਼ਾਤੀ ਐਕਸਪੀਰੀਅੰਸ ਦੀ ਗੱਲ ਕਰ ਰਿਹਾ, ਮੈਂ ਜੰਮਿਆ ਪਲਿਆ ਇਸ ਮੁਲਕ ਨੇ ਮੈਨੂੰ ਸ਼ਨਾਖਤ ਦਿੱਤੀ, ਰਿਜ਼ਕ ਰੋਜ਼ੀ ਦੇ ਵਸੀਲੇ ਮਿਲੇ ਮੈਨੂੰ, ਭਰਮ ਮਿਲੇ, ਇਹਤਰਾਮ ਮਿਲੇ, ਸਭ ਕੁਛ ਮਿਲਿਆ ਉਹਦੇ ਨਬੀ ਦੇ ਸਦਕੇ 'ਚ। ਇਸੇ ਜ਼ਮੀਨ, ਇਸ ਪਾਕਿਸਤਾਨ ਦੀ ਰਹਿਤਣ ਨਾਲ ਮੇਰੀ ਮਾਂ ਬੋਲੀ ਜ਼ਬਾਨ ਪੰਜਾਬੀ ਹੈ। ਸਾਡੇ ਮੁਲਕ ਦੀ ਮੁਸੀਬਤ ਇਹ ਹੈ ਕਿ ਅਸੀਂ ਸਾਰੇ ਜਿਹੜੇ ਨਾ, ਸਾਨੂੰ ਦੂਜਿਆਂ ਦੀ ਬੁੱਢੀ ਚੰਗੀ ਲੱਗਦੀ ਹੈ, ਆਪਣੀ ਬੜੀ ਵੀ ਸੋਹਣੀ ਹੋਵੇ ਦੂਜੇ ਦੀ ਸਾਨੂੰ ਬਹੁਤ ਚੰਗੀ ਲੱਗਦੀ। ਇਹ ਇੱਕ ਡਿਵੈਲਪ ਹੋ ਗਈ ਨੇਚਰ ਸਾਡੇ ਸਾਰਿਆਂ 'ਚ, ਔਰ ਸਾਡਾ ਮਿਲਹਿਸੁਲ ਕੌਮ ਜਿਹੜਾ ਅਲਮੀਆ ਰਿਹਾ ਉਹ ਆਪਣੇ ਰੂਟਸ ਤੋਂ ਡਿਨਾਏ ਨੇ। ਮੈਂ ਸਮਝਣਾ ਕਿ ਮੇਰਾ ਪਿੰਡ, ਮੇਰੀ ਜ਼ਮੀਨ, ਮੇਰੀ ਰਹਿਤਲ, ਮੇਰਾ ਕਲਚਰ, ਮੇਰੀ ਹਰ ਉਹ ਚੀਜ਼ ਜਿਹੜੀ ਹੈ, ਮੇਰਾ ਪ੍ਰਾਊਡ ਉਹ ਹੈ। ਮੇਰੇ ਪਿੰਡ ਦਾ ਬੱਚਾ ਜਿਸਲੇ 1100 ਚੋਂ 1000 ਤੇ 98 ਨੰਬਰ ਲੈਂਦਾ, ਕਦੀ ਕਿਸੇ ਐਚੀਸੋਨੀਅਨ ਦੇ ਨੰਬਰ ਦੇਖੇ ਜੇ ਕਿਸੇ ਲਮਸ ਦੇ ਸਟੂਡੈਂਟ ਦੇ ਦੇਖੇ, ਸਾਡੀ ਮੁਸੀਬਤ ਜਿਹੜੀ ਹੈ ਕਿ ਅਸੀਂ ਅਨਡਿਊ ਜਿਹੜਾ ਨਾ ਇੱਕ ਆਪਣੇ ਆਪ ਦੀ ਕੋਈ ਸਾਡੀ ਮੈਂ ਲੈ ਕੇ ਬਹਿ ਗਈ ਹੈ। ਅੰਗਰੇਜ਼ੀ, ਮੇਰੇ ਅੰਗਰੇਜ਼ ਨੂੰ ਉਰਦੂ ਤਾਂ ਨਹੀਂ ਆਉਂਦੀ, ਬਿਲਕੁਲ ਉਹਨੂੰ ਤਾਂ ਨਹੀਂ ਆਉਂਦੀ। ਅਸੀਂ ਮਾਦਰੀ ਜ਼ਬਾਨ ਮੇਰੀ, ਮੇਰੇ ਰੂਟਸ ਨੇ ਜਨਾਬ। ਸਾਡੇ ਸਾਰੇ ਸੂਬਿਆਂ 'ਚ, ਸਿੰਧ 'ਚ ਸਿੰਧੀ ਪੜ੍ਹਾਈ ਜਾਂਦੀ ਹੈ, ਨਾਲ ਸਾਡੇ ਬਲੋਚਿਸਤਾਨ 'ਚ ਬਲੋਚੀ ਪੜ੍ਹਾਈ ਜਾਂਦੀ ਹੈ, ਸਾਡੇ ਖੈਬਰ ਪਖਤੂਨਖਵਾ 'ਚ ਉਹ ਜਿਹੜੀ ਉਹਨਾਂ ਦੀ ਪਸ਼ਤੋ ਹੈ ਉਹ ਉਹਨਾਂ ਦੀ ਨਿਸਾਬ 'ਚ ਸ਼ਾਮਿਲ। ਯਾਰ ਸਾਡੇ ਕੀ ਮੁਸੀਬਤ ਹੈ, ਸਾਡੀ ਪੰਜਾਬੀ ਨਹੀਂ। ਮੈਨੂੰ ਜ਼ਿੰਦਗੀ 'ਚ ਕਿਸੇ ਦੀ ਮੈਂ ਤਾਰੀਫ ਕਰਨੀ ਹੈ ਤਾਂ ਮੈਨੂੰ ਕਈ ਜ਼ਬਾਨਾਂ ਨਾਲ ਫਰੋਲਣੀਆਂ ਪੈਂਦੀਆਂ, ਅਤੇ ਜੇ ਕਿਸੇ ਨੂੰ ਮੈਂ ਨਿੰਦਣਾ ਤਾਂ ਉਹਦੇ ਵਾਸਤੇ ਮੇਰੀ ਆਪਣੀ ਜ਼ਬਾਨ ਦਾ ਇੱਕੋ ਜੁਮਲਾ ਜਿਹੜਾ ਨਾ ਉਹ ਪੜ੍ਹ ਕੇ ਮੈਂ ਜਿਸਲੇ ਕਹਿੰਦਾ ਤਾਂ ਮੇਰਾ ਕੈਥਾਰਸਿਸ ਨਿਕਲ ਜਾਂਦਾ। ਜਿੰਨਾ ਅਸੀਂ ਬਿਹਤਰ ਆਪਣੀ ਕਮਿਊਨੀਕੇਸ਼ਨ ਜਿਹੜੀ ਹੈ ਉਹ ਆਪਣੀ ਰਹਿਤਲ, ਆਪਣੀ ਮਾਦਰੀ ਜ਼ਬਾਨ 'ਚ ਕਰ ਸਕਦੇ। ਦੁਨੀਆ ਦੀਆਂ ਸਾਰੀਆਂ ਜ਼ਬਾਨਾਂ ਸਿੱਖੋ ਯਾਰ, ਕੌਣ ਮਨਾ ਕਰਦਾ? ਤੁਹਾਨੂੰ ਡਿਗਰੀਆਂ ਲਵੋ, ਲਵੋ ਇਹ ਤੁਹਾਡੇ ਤਮਗੇ ਨੇ, ਤੁਹਾਡਾ ਕ੍ਰੈਡਿਟ ਹੈ, ਤੁਹਾਡੀ ਪ੍ਰੋਫਾਈਲ 'ਚ ਉਹ ਤੁਹਾਡੀ ਇੱਕ ਕੰਟਰੀਬਿਊਸ਼ਨ ਹੈ ਕਿ ਜੀ ਮੈਂ ਅਰਬੀ ਵੀ ਜਾਣਨਾ, ਮੈਂ ਫਰਾਂਸੀਸੀ ਵੀ ਜਾਣਨਾ, ਮੈਂ ਸਾਰੀ ਹੈ ਨੇ ਬੜੇ ਬੜੇ ਲੈਜੈਂਡਸ, ਲਿਵਿੰਗ ਲੈਜੈਂਡ ਇਸ ਲਈ ਮੌਜੂਦ ਨੇ ਜਿਹੜੇ ਫਾਰਸੀ ਹਰ ਜ਼ਬਾਨ ਦੇ ਅਬੂਰ ਰੱਖਦੇ ਨੇ। ਲੇਕਿਨ ਅਸੀਂ ਉਹ ਸਾਰੀਆਂ ਜ਼ਬਾਨਾਂ 'ਤੇ ਅਬੂਰ ਕਰਕੇ ਜਿਹੜੀ ਮੇਰੀ ਮਾਂ ਬੋਲੀ ਹੈ ਉਹਦੇ 'ਤੇ ਤੋਂ ਮੈਂ ਡਿਨਾਇਲ ਕਰਨਾ। ਮੈਂ ਆਪਣੇ ਬੱਚੇ ਨੂੰ ਲਫ਼ਜ਼ 'ਚ ਪਾ ਕੇ ਤਾਂ ਘਰ ਕਹਿਣਾ ਉਹਨਾਂ ਅੰਗਰੇਜ਼ੀ ਬੋਲੋ, ਹਾਲਾਂਕਿ ਮੈਨੂੰ ਆਪ ਠੀਕ ਤਰ੍ਹਾਂ ਨਹੀਂ ਆਉਂਦੀ। ਸਾਡਾ ਅੱਜ ਦਾ ਬੱਚਾ ਜਿਹੜਾ ਉਹ ਜਿੱਥੇ ਸਾਡੇ ਸਾਰੇ ਬਜ਼ੁਰਗ ਔਰ ਬੜਾ ਬੜੇ ਵੱਡੇ ਨਾਮਵਰ ਲੋਕਾਂ ਦੀ ਅੰਗਰੇਜ਼ੀ ਮੁੱਕਦੀ, ਅੱਜ ਦੇ ਬਾਲ ਦੀ ਸ਼ੁਰੂ ਉੱਥੋਂ ਹੁੰਦੀ। ਯਾਰ ਉਹਨੂੰ ਇਹ ਵੀ ਤਾਂ ਦੱਸੋ ਕਿ ਪੁੱਤਰ ਇਹ ਮੇਰੀ ਮਾਦਰੀ ਜ਼ਬਾਨ ਹੈ। ਔਰ ਸਾਡੇ ਅਰਬਾਬ ਅਖਤਿਆਰ ਜਿਹੜੇ ਨਾ, ਪਤਾ ਨਹੀਂ ਕੀ ਪ੍ਰੋਬਲਮ ਹੈ ਉਹਨਾਂ ਦੀ, ਮੈਨੂੰ ਨਹੀਂ ਸਮਝ ਆਈ ਅੱਜ ਤੱਕ। ਕੀ ਮੈਸੇਜ ਦਿਓਗੇ, ਕਿਉਂਕਿ ਇਹਦਾ ਕਰਨਾ ਤਾਂ ਹੈ ਇੱਕ ਪੋਲੀਟੀਕਲ ਕੁਐਸਚਨ ਹੈ। ਮੈਂ ਆਪਣੇ ਅਰਬਾਬ ਅਖਤਿਆਰ ਨੂੰ ਕਹਾਂਗਾ ਕਿ ਫੋਰ ਗੋਡ ਸੇਕ ਯਾਰ, ਆਪਣੇ ਰੂਟਸ ਦਾ ਜਿਹੜਾ ਤੁਹਾਡਾ, ਆਪਣੀ ਜ਼ਬਾਨ ਦਾ ਤੁਹਾਡੇ 'ਤੇ ਇੱਕ ਹੱਕ ਹੈਗਾ ਜਿਹਨੇ ਤੁਹਾਨੂੰ ਗਰੂਮ ਕੀਤਾ, ਜਿਹਦੇ ਤੋਂ ਬਾਅਦ ਤੁਸੀਂ ਸਾਰਾ ਕੁਝ ਦੁਨੀਆ 'ਚ ਆ ਕੇ ਸਿੱਖਿਆ, ਜਿਹੜੀ ਤੁਹਾਡੇ ਇਨਹੈਰਿਟ, ਤੁਹਾਡੇ ਜੀਵਸ, ਤੁਹਾਡੇ ਘਰ ਦੇ, ਤੁਹਾਡੇ ਆਬਾ ਵੱਲੋਂ ਤੁਹਾਡੇ ਅੰਦਰ ਹੈਗੀ।
ਉਹਨੂੰ ਇਸ ਲਈ ਸਾਡੇ ਨਿਸਾਬ 'ਚ ਵੀ ਸ਼ਾਮਿਲ ਹੋਣਾ ਚਾਹੀਦਾ ਔਰ ਉਹਨੂੰ ਬਾਕਾਇਦਾ ਪੜ੍ਹਾਈ ਦੇ ਲੈਵਲ 'ਚ ਬਿਲਕੁਲ ਉਸੇ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਸਾਡੇ ਦੂਸਰੇ ਸਬਜੈਕਟਸ ਨੇ। ਮੇਰੀ ਅਰਬਾਬ ਇਖਤਿਆਰ ਨੂੰ ਇਹ ਗੁਜ਼ਾਰਿਸ਼ ਹੈ ਕਿ ਫੋਰ ਗੋਡ ਸੇਕ ਬੰਦੇ ਨੂੰ ਇਸ ਦੁਨੀਆ 'ਚ ਉਮਰੇ ਖਿਜ਼ਰ ਜਿਹੜੀ ਹੈ ਨਾ ਮਰਨ ਤੋਂ ਬਾਅਦ ਵੀ ਹੁੰਦੀ ਹੈ, ਮਰਦਾ ਨਹੀਂ ਬੰਦਾ, ਲੇਕਿਨ ਜੋ ਕਿਤੇ ਕੁਛ ਬੀਜ ਕੇ ਗਿਆ ਹੋਵੇ ਅਤੇ ਉਸ ਛਾਂ ਥੱਲੇ ਜਿਸ ਲਈ ਕੋਈ ਹਸਬ ਨਸਬ ਨਾ ਪੁੱਛਣਾ ਉਹਨੇ, ਨਾ ਉਸ ਸ਼ਜਰ ਨੇ ਉਹਨੂੰ ਕਹਿਣਾ ਕਿ ਮਜ਼ਹਬ ਕੀ ਹੋ ਤੇਰਾ ਆਇਆ ਕਿੱਥੋਂ ਕਦੋਂ ਜਾਣੇ ਕਿੰਨੀ ਦੇਰ ਬੈਠਣੇ, ਉਹੋ ਜਿਹੀ ਕੋਈ ਛਾਂ ਛੱਡ ਜਾਓ ਤੁਹਾਨੂੰ ਯਾਦ ਕੀਤਾ ਜਾਏਗਾ। ਇਸ ਪੰਜਾਬੀ ਦੀ ਇੰਪਲੀਮੈਂਟਸ ਸਾਡੇ ਐਜੂਕੇਸ਼ਨ 'ਚ ਹੋਣੀ ਚਾਹੀਦੀ ਹੈ ਔਰ ਸਾਡੇ ਜਿਹੜੀ ਦੂਸਰੀ ਅਸੀਂ ਸਾਰੀ ਦਫ਼ਤਰੀ ਜ਼ਬਾਨ ਉੱਤੇ ਸਾਰੇ ਅੰਗਰੇਜ਼ੀ 'ਤੇ ਨਹੀਂ ਬੋਲਦੇ, ਉੱਥੇ ਲਗਾਤਾਰ ਪੰਜਾਬੀ ਬੋਲਣੇ, ਅਤੇ ਜਿਸ ਲਈ ਪੰਜਾਬੀ ਦੇ ਉਸ ਰਾਈਟਸ ਦੀ ਗੱਲ ਆਉਂਦੀ ਉੱਥੇ ਆ ਕੇ ਅਸੀਂ ਖਾਮੋਸ਼ ਹੋ ਜਾਂਦੇ। ਜੀ ਅਰਬਾਬ ਇਖਤਿਆਰ ਦੇ ਵਿੱਚ ਇਸ ਟਾਈਮ ਪੰਜਾਬ ਗਵਰਨਮੈਂਟ ਵੱਲ ਇੱਕ ਲੰਬੇ ਅਰਸੇ ਤੋਂ ਉਹਨਾਂ ਸ਼ਹਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਲੀਡ ਕਰ ਰਹੇ ਨੇ। ਦੇਖੋ ਸ਼ਹਬਾਜ਼ ਅਤੇ ਸਪੈਸੀਫਿਕ ਸਾਡਾ ਕੁਐਸਚਨ ਸ਼ਹਬਾਜ਼ ਸ਼ਰੀਫ ਸਾਹਿਬ ਤੋਂ ਨਹੀਂ ਬਣਦਾ, ਬਾਕੀ ਪੰਜਾਬ ਅਸੈਂਬਲੀ ਦੇ ਨੁਮਾਇੰਦਿਆਂ ਦੇ ਨਾਲ ਨਾਲ ਸਰਕਾਰ ਤੁਸੀਂ। ਦੇਖੋ ਜੀ ਸਾਡੀ ਔਰ ਜਿੱਥੇ ਤੁਸੀਂ ਹੋਰ ਇਸ ਲਈ ਅਸੀਂ ਯੂਥ ਮੋਬਲਾਈਜੇਸ਼ਨ 'ਚ ਬੇਸ਼ੁਮਾਰ ਅੱਛੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਕਿ ਚਲੋ ਹੁੱਬੇ ਅਲੀ 'ਚ ਨਾ ਸੀ ਬੋਸੇ ਮੁਆਵੀਆ 'ਚ ਹੀ ਹੁੰਦੀ ਆ, ਵੀ ਅੱਛੀ ਗੱਲ ਜਿਸ ਲਈ ਵੀ ਕਿਤੇ ਹੋਵੇ ਨਾ ਮੈਂ ਉਸ ਝੰਡੇ ਥੱਲੇ ਖਲੋ ਜਾਂਦਾ। ਇਹ ਇੱਕ ਮੁਤਾਲਬਾ ਸਾਡਾ, ਸਾਡੇ ਸਾਰਿਆਂ ਦਾ, ਪੰਜਾਬੀਆਂ ਦਾ, ਤੁਸੀਂ ਵੀ ਪੰਜਾਬੀ ਹੋ ਅਤੇ ਇਹਦੇ 'ਤੇ ਜ਼ਰਾ ਥੋੜ੍ਹਾ ਜਿਹਾ ਕੋਈ ਅਨਡਿਊ ਜਿਹੀ ਫੋਰਮੈਲਿਟੀਜ਼ ਜਾਂ ਖਾਮ ਖਾਦੀਆਂ ਜਿਹੜੀਆਂ ਉਹ ਇੱਕ ਗੱਲਾਂ ਹੁੰਦੀਆਂ ਉਹਨਾਂ ਨੂੰ ਅਵੋਇਡ ਕਰਕੇ, ਅਤੇ ਮੇਰਾ ਖਿਆਲ ਹੈਗਾ ਕਿ ਇਹਦੇ 'ਤੇ ਥੋੜ੍ਹਾ ਜਿਹਾ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਔਰ ਇਹਦੀ ਇੰਪਲੀਮੈਂਟ ਸਾਡੀ ਮਾਂ ਬੋਲੀ ਜਿਹੜੀ ਹੈਗੀ ਨਾ ਇਹਦੇ 'ਤੇ ਹੁਣ ਹੋ ਜਾਣਾ ਚਾਹੀਦਾ। ਅਸੀਂ ਬੜੇ ਮਸ਼ਕੂਰ ਹੋਵਾਂਗੇ, ਅਸੀਂ ਚਲਾ ਗਏ ਆਖਰੇ ਸ਼ਬ ਹੈਗੇ, ਅਸੀਂ ਜਾਂਦੇ ਜਾਂਦੇ ਅਗਲੇ ਜਹਾਨ ਆਪਣੀ ਜ਼ਿੰਦਗੀ ਦੀਆਂ ਕੁਛ ਇਹੋ ਜਿਹੀਆਂ ਚੀਜ਼ਾਂ ਕੁਛ ਇਹੋ ਜਿਹੀਆਂ ਕਲੇਜੇ 'ਚ ਲੈ ਕੇ ਬੈਠੇ ਉਹ ਮਰਨ ਤੋਂ ਪਹਿਲੇ ਦੇਖ ਜਾਈਏ। ਔਰ ਮੇਰੀ ਇਲਤਜਾ ਹੈ, ਮੇਰੀ ਦਰਖਾਸਤ ਹੈ, ਮੇਰੀ ਬੇਨਤੀ ਹੈ ਇਹਨਾਂ ਅਰਬਾਬ ਇਖਤਿਆਰ ਨੂੰ ਕਿ ਇਹਦੇ 'ਤੇ ਵੀ ਜ਼ਰਾ ਥੋੜ੍ਹਾ ਜਿਹਾ ਦਿਲ ਨਾਲ ਗੌਰ ਕਰੋ। ਬਹੁਤ ਸ਼ੁਕਰੀਆ ਰਾਸ਼ਦ ਸਾਹਿਬ, ਤੁਹਾਡੇ ਤੁਸੀਂ ਟਾਈਮ ਦਿੱਤਾ, ਬਹੁਤ ਸ਼ੁਕਰੀਆ।